ਅੱਜ ਪਿੰਡ ਜੱਲੂਪੁਰ ਖੈੜਾ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੱਥੇ ਵੱਲੋਂ ਜਿਹੜਾ ਹੈਗਾ ਵੱਖ ਵੱਖ ਕਿਸਾਨੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਦੇਣ ਦੇ ਲਈ ਜਿਹੜਾ ਇਕੱਠ ਸੀਗਾ ਉਹ ਬਿਲਕੁਲ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਦੇ ਬਾਹਰ ਕੀਤਾ ਗਿਆ ਸੀ। ਔਰ ਇਸ ਸਮੇਂ ਮੇਰੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਮੌਜੂਦ ਨੇ, ਸਰਦਾਰ ਤਰਸੇਮ ਸਿੰਘ, ਜਿਨ੍ਹਾਂ ਵੱਲੋਂ ਮੰਗ ਪੱਤਰ ਜਿਹੜਾ ਹੈਗਾ ਕਿਸਾਨਾਂ ਦੇ ਕੋਲੋਂ ਪ੍ਰਾਪਤ ਕੀਤਾ ਗਿਆ। ਪਹਿਲਾਂ ਤਾਂ ਬਾਬੂ ਜੀ ਕੀ ਕੀ ਮੰਗਾਂ ਜਿਹੜੀਆਂ ਹੈਗੀਆਂ ਕਿਸਾਨਾਂ ਵੱਲੋਂ ਦੱਸੀਆਂ ਗਈਆਂ, ਔਰ ਅੱਜ ਦਾ ਜਿਹੜਾ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਉਸ ਦੇ ਤਹਿਤ ਕਿਵੇਂ ਦੇਖਦੇ ਹੋ ਸਾਰੇ? ਉਹਨਾਂ ਦੀਆਂ ਮੰਗਾਂ ਦੀ ਲਿਸਟ ਕਾਫੀ ਲੰਬੀ ਆ ਤੇ ਉਹ ਜਿਹੜੀਆਂ ਕਿ ਸਾਰੀਆਂ ਅਸੀਂ ਪੜ੍ਹ ਕੇ ਦੇਖੀਆਂ ਕਿ ਸਾਰੀਆਂ ਜਾਇਜ਼ ਮੰਗਾਂ ਵਾ, ਸਰਕਾਰ ਕਾਫੀ ਹੱਦ ਤੱਕ ਪਹਿਲਾਂ ਮੰਨ ਵੀ ਚੁੱਕੀ ਆ ਤੇ ਉਹਨਾਂ ਤੋਂ ਫਿਰ ਪਿੱਛੇ ਹਟ ਗਈ। ਫਿਰ ਹੁਣ ਇਲੈਕਸ਼ਨ 'ਚ ਹੁਣ ਨਵੀਂ ਸਰਕਾਰ ਬਣੀ ਆ ਅਤੇ ਮੇਰਾ ਖਿਆਲ ਹੈ ਕਿ 13 ਫਰਵਰੀ ਤੋਂ ਉਹਨਾਂ ਦਾ ਫਿਰ ਦੁਬਾਰਾ ਅੰਦੋਲਨ ਚੱਲ ਰਿਹਾ ਕੁਛ ਜਥੇਬੰਦੀਆਂ ਦਾ, ਅਤੇ ਇਹ ਜਿਹੜੀ ਹੈ ਕਿ ਸਰਕਾਰ ਨੂੰ ਇਹ 'ਤੇ ਕਾਫੀ ਗੌਰ ਕੀਤਾ ਜਾਣਾ ਚਾਹੀਦਾ ਅਤੇ ਲੋਕਾਂ ਨੂੰ ਵੀ ਇਸ ਅੰਦੋਲਨ ਦੀ ਸਰਕਾਰ ਨੂੰ ਲੋਕ ਸਭ, ਮੈਂ ਤਾਂ ਕਹਿੰਦਾ ਕਿ ਸਾਰੇ ਪੰਜਾਬੀਆਂ ਨੂੰ, ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ, ਸਰਕਾਰ ਨੂੰ ਮਜਬੂਰ ਕਰਨਾ ਚਾਹੀਦਾ, ਅਪੋਜੀਸ਼ਨ ਨੂੰ ਵੀ, ਕਿ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਕਿ ਇਹ ਜਿਹੜਾ ਸਾਡੇ ਦੇਸ਼ ਦਾ ਮੇਰਾ ਖਿਆਲ 80% ਲੋਕ ਜਿਹੜੇ ਆ ਖੇਤੀ 'ਤੇ ਡਿਪੈਂਡ ਕਰਦੇ ਜੀ। ਜੇ ਖੇਤੀ ਕਿਸਾਨਾਂ ਦੇ ਹੱਥੋਂ ਨਿਕਲ ਕੇ ਕਾਰਪੋਰੇਟ ਦੇ ਹੱਥਾਂ ਦੇ ਚਲੇ ਗਈ ਤਾਂ ਮੇਰਾ ਖਿਆਲ ਬਹੁਤ ਲੋਕ ਬੇਰੁਜ਼ਗਾਰ ਵੀ ਹੋਣਗੇ ਅਤੇ ਜਿਹੜੇ ਤੁਹਾਡੇ ਖਪਤਕਾਰ ਹੈ ਉਹਨਾਂ 'ਤੇ ਵੀ ਬਹੁਤ ਵੱਡਾ ਬੋਝ ਪਊਗਾ, ਕਿਉਂਕਿ ਜਿਹੜਾ ਚੀਜ਼ ਅੱਜ ਅਸੀਂ 20-22 ਰੁਪਈਏ ਕਣਕ 'ਤੇ ਸਮਝੋ MSP ਮਿਲ ਰਹੀ ਹੈ ਤਾਂ ਉਹ 25-30 ਰੁਪਈਏ ਕਿਲੋ ਆਟਾ ਸਾਨੂੰ 35-40 ਰੁਪਈਏ ਮਿਲ ਰਿਹਾ, ਅਤੇ ਜਿੱਦਣ ਇਹ ਉਹਨਾਂ ਦੇ ਹੱਥੋਂ ਕਾਰਪੋਰੇਟਾਂ ਦੇ ਹੱਥਾਂ ਚਲੇ ਗਈ ਤਾਂ ਮੇਰਾ ਖਿਆਲ ਇਹ 100-200 ਰੁਪਈਆ ਕਿਲੋ ਆਟਾ ਮਿਲਣ ਵਾਲੀ ਗੱਲ ਹੋ ਜਾਣਗੀ, ਹੋਰ ਵੀ ਇੱਦਾਂ ਸਾਰੀਆਂ ਚੀਜ਼ਾਂ ਦੇ ਰੇਟ ਵੱਧ ਜਾਣਗੇ। ਇਸ ਕਰਕੇ ਸਾਨੂੰ ਚਾਹੀਦਾ ਕਿ ਕਿਸਾਨੀ ਨੂੰ ਬਚਾਉਣ ਵਾਸਤੇ ਜਿਹੜੀਆਂ ਕਿਸਾਨਾਂ ਦੀਆਂ ਇਹ ਮੰਗਾਂ ਵਾ ਇਹਨਾਂ 'ਤੇ ਜੋ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਇਹ ਮੰਨੀਆਂ ਜਾਣੀਆਂ ਚਾਹੀਦੀਆਂ ਅਤੇ ਉਹਨਾਂ ਨੂੰ ਜੋ ਬਣਦੇ ਉਹਨਾਂ ਦੇ ਲਾਭ ਦਿੱਤੇ ਜਾਣੇ ਚਾਹੀਦੇ ਆ ਅਤੇ ਉਹਨਾਂ ਨੂੰ ਖੱਜਲ ਖਰਾਬੀ ਤੋਂ ਬਚਾਇਆ ਜਾਣਾ ਚਾਹੀਦਾ। ਮੇਰੇ ਖਿਆਲ ਹੈ ਕਿ ਇਹ ਆਪੋਜੀਸ਼ਨ ਦੇ ਲੀਡਰਾਂ ਨੂੰ ਵੀ, ਸਰਕਾਰ ਦੇ ਲੀਡਰਾਂ, ਅਸੀਂ ਤੇ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਸਰਕਾਰ ਗੌਰ ਕਰੇ ਅਤੇ ਇਹ ਤਾਂ ਹੀ ਅਸੀਂ ਆਪਣੇ ਦੇਸ਼ ਨੂੰ ਅੱਗੇ ਲਿਜਾ ਸਕਦੇ ਹਾਂ, ਤਰੱਕੀ ਹੋ ਸਕਦੀ ਹੈ ਕਿ ਜੇ ਸਾਰੇ ਜਣੇ ਜੇ ਰੋਡਾਂ 'ਤੇ ਬਹਿ ਕੇ ਅਸੀਂ ਆਪਣੀ ਕੌਮ ਦਾ ਜਾਂ ਆਪਣੇ ਲੋਕਾਂ ਦਾ ਐਨਰਜੀ ਵਿਅਰਥ ਕਰਾਂਗੇ ਉਹਨਾਂ ਦੀ ਐਨਰਜੀ ਨੂੰ ਅਤੇ ਉਹ ਕਿਸੇ ਸਹੀ ਪਾਸੇ 'ਤੇ ਲੱਗੇ, ਉਹ ਆਪਣੇ ਕੰਮ ਕਰਨ, ਆਪਣੀ ਖੇਤੀ ਨੂੰ ਹੋਰ ਵਧੀਆ ਬਣਾਉਣ। ਇਸ ਕਰਕੇ ਉਹਨਾਂ ਦੀਆਂ ਤੁਰੰਤ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਅਤੇ ਅਸੀਂ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜਾ ਉਹਨਾਂ ਨੇ ਮੰਗ ਪੱਤਰ ਦਿੱਤਾ ਵਾ ਉਹਨੂੰ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅੰਮ੍ਰਿਤਪਾਲ ਨੂੰ ਇਹ ਸੈਸ਼ਨ ਤੋਂ ਪਹਿਲਾਂ ਅਪਰੋਲ ਦੇ ਕੇ ਜਾਂ ਰਿਹਾ ਕਰਕੇ ਉਹਨਾਂ ਨੂੰ ਲਿਆਉਣ ਅਤੇ ਅਸੀਂ ਉਹਨਾਂ ਨੂੰ ਦੇਵਾਂਗੇ, ਅਤੇ ਜੇ ਇਨ ਕੇਸ ਇੱਦਾਂ ਦੀ ਕੋਈ ਗੱਲ ਨਹੀਂ ਬਣਦੀ ਤਾਂ ਅਸੀਂ ਉਹਨਾਂ ਦੇ ਡਿਬਰੂਗੜ੍ਹ ਜੇਲ੍ਹ ਤੋਂ ਵੀ ਕੋਈ ਸਾਈਨ ਕਰਾ ਕੇ ਲਿਆ ਕੇ ਅਤੇ ਪਾਰਲੀਮੈਂਟ ਤੱਕ ਇਹ ਜਿਹੜੀ ਇਹਨਾਂ ਦਾ ਮੰਗ ਪੱਤਰ ਅਸੀਂ ਪਹੁੰਚਦਾ ਕਰਾਂਗੇ। ਜੀ 5 ਜੁਲਾਈ ਨੂੰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜਿਹੜਾ ਹੈਗਾ ਸਹੁੰ ਖਾਧੀ ਗਈ ਸੀਗੀ ਬਤੌਰ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ, ਅਤੇ ਅੱਜ ਪਹਿਲਾ ਮੰਗ ਪੱਤਰ ਜਿਹੜਾ ਹੈਗਾ ਕਿਸਾਨਾਂ ਵੱਲੋਂ ਦਿੱਤਾ ਗਿਆ ਹੈਗਾ। ਕੀ ਲੱਗਦਾ ਹੈਗਾ ਕਿ ਇਲਾਕੇ ਦੇ ਲੋਕਾਂ ਨੇ ਵੱਡੇ ਬਹੁਮਤ ਦੇ ਨਾਲ ਜਿਹੜਾ ਹੈਗਾ ਜਿਤਾਇਆ ਹੈਗਾ, ਔਰ ਵੱਖ ਵੱਖ ਸਮੱਸਿਆ ਵੀ ਹੈਗੀਆਂ, ਸਮੱਸਿਆਵਾਂ ਜਿਹੜੀਆਂ ਕਿ ਨਸ਼ੇ ਨੂੰ ਲੈ ਕੇ ਜਿੱਦਾਂ ਤੁਸੀਂ ਚੋਣ ਏਜੰਡਾ ਜੋ ਰਿਹਾ ਹੈਗਾ ਲੜਦੇ ਰਹੇ ਹੋ, ਤਾਂ ਹੁਣ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਸਮੱਸਿਆਵਾਂ ਵੀ ਲੋਕ ਲੈ ਕੇ ਆ ਰਹੇ ਨੇ, ਕਿਵੇਂ ਜਿਹੜਾ ਹੈਗਾ ਮੈਨੇਜ ਹੋਊਗਾ ਸਾਰਾ? ਕਿਉਂਕਿ ਭਾਈ ਸਾਹਿਬ, ਭਾਈ ਅੰਮ੍ਰਿਤਪਾਲ ਸਿੰਘ ਤਾਂ ਜੇਲ੍ਹ ਦੇ ਵਿੱਚ ਫਿਲਹਾਲ ਬੰਦ ਹੈਗੇ ਨੇ, ਔਰ ਉਸਦੇ ਲਈ ਕੋਈ ਕਹਿ ਸਕਦੇ ਹਾਂ ਕਿ ਟੀਮ ਵੱਲੋਂ ਵੀ ਕੋਈ ਕੰਮ ਕੀਤਾ ਜਾ ਰਿਹਾ ਜਾਂ ਤੁਹਾਡੇ ਵੱਲੋਂ ਨਿੱਜੀ ਤੌਰ ਦੇ ਉੱਤੇ ਸਾਰੇ ਜਿਹੜਾ ਹੈਗਾ ਦੇਖਿਆ ਜਾਵੇਗਾ? ਨਹੀਂ, ਅਸੀਂ ਤੇ ਆ ਹੁਣ ਸਰਕਾਰ ਦੇ ਥੋੜਾ ਜਿਹਾ ਮੂੰਹ ਵੱਲ ਦੇਖ ਰਹੇ ਸੀ ਕਿ ਸਰਕਾਰ, ਮੇਰੇ ਖਿਆਲ ਹੈ ਕਿ ਜੋ ਪਹਿਲਾਂ ਵੀ ਇਹਨਾਂ ਨੇ ਅੰਮ੍ਰਿਤਪਾਲ ਦੀ ਟੀਮ ਨਾਲ ਜਾਂ ਉਹਨਾਂ ਨੇ ਜੋ ਨਸ਼ਿਆਂ ਦੇ ਖਿਲਾਫ ਉਹਨਾਂ ਦੀ ਜੰਗ ਸੀ ਉਹਦੇ ਵਿਰੁੱਧ ਜਾ ਕੇ ਇਹਨਾਂ ਨੂੰ ਡਿਬਰੂਗੜ੍ਹ ਸੁੱਟਿਆ, ਅਤੇ ਹੁਣ ਮੇਰਾ ਖਿਆਲ ਲੋਕਾਂ ਨੇ ਉਸ ਚੀਜ਼ ਦਾ ਵੀ ਫੈਸਲਾ ਕਰ ਦਿੱਤਾ। ਲੋਕਾਂ ਨੇ ਸਰਕਾਰ ਪ੍ਰਤੀ ਨਾਰਾਜ਼ਗੀ ਜੋ ਉਹਨਾਂ ਨੇ ਹੋਈ ਧੱਕੇਸ਼ਾਹੀ ਦਾ ਜਵਾਬ ਉਹਨਾਂ ਨੂੰ ਬਹੁਤ ਬਹੁਤ ਪੰਜਾਬ ਤੋਂ ਸਭ ਤੋਂ ਵੱਧ ਬਹੁਮਤ ਨਾਲ ਜਿਤਾ ਕੇ ਇਹ ਦਿੱਤਾ। ਇਹ ਸਰਕਾਰ, ਮੇਰਾ ਖਿਆਲ ਹੈ ਕਿ ਜੇ ਲੋਕਤੰਤਰ ਦੀ ਗੱਲ ਆ ਜਾਂ ਲੋਕ ਡੈਮੋਕ੍ਰੇਸੀ ਦੀ ਆ, ਤਾਂ ਸਰਕਾਰ ਨੂੰ ਇਹ ਚੀਜ਼ ਹੈ ਕਿ ਆਪਣੇ ਫੈਸਲੇ 'ਤੇ ਲੋਕ ਵੱਡੇ ਆ, ਲੋਕਾਂ ਦੀ ਗੱਲ ਨੂੰ ਮੰਨਦੇ ਹੋਏ ਉਹਨਾਂ ਨੂੰ, ਉਹਨਾਂ ਦੀ ਟੀਮ ਨੂੰ
ਜਾਂ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਅਤੇ ਉਹ ਲੋਕਾਂ ਨੇ ਜਿਹੜਾ ਉਹਨਾਂ 'ਤੇ ਵਿਸ਼ਵਾਸ ਦਿੱਤਾ ਆ ਅਤੇ ਉਹ ਲੋਕਾਂ ਦੀਆਂ ਗੱਲਾਂ ਇੱਥੋਂ ਸੁਣ ਕੇ ਦੁੱਖ ਤਕਲੀਫਾਂ 'ਤੇ ਉਹ ਪਾਰਲੀਮੈਂਟ ਜਾਂ ਇੱਥੇ ਰਹਿ ਕੇ ਵੀ ਹਲਕੇ 'ਚ ਵਿਚਰ ਕੇ ਵੀ ਜੋ ਉਹਨਾਂ ਦੇ ਧਿਆਨ 'ਚ ਆਵੇ ਉਹਨੂੰ ਆਪਣੀ ਸਮਰੱਥਾ ਨਾਲ ਵੱਧ ਤੋਂ ਵੱਧ ਉਹ ਹੱਲ ਕਰਨ ਦੀ ਕੋਸ਼ਿਸ਼ ਕਰਨ, ਸਾਡੀ ਤਾਂ ਇਹੋ ਅਪੀਲ ਹੈ। ਅਗਰ ਫਿਰ ਵੀ ਅਗਰ ਕੁਛ ਜੋ ਜਿੰਨਾ ਚਿਰ ਉਹ ਬਾਹਰ ਨਹੀਂ ਆਉਂਦੇ, ਉਹਨਾਂ ਚਿਰ ਜਿੱਦਾਂ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ, ਅਸੀਂ ਇਹਨੂੰ ਜਿੱਥੇ ਸਰਕਾਰ ਤੱਕ ਪਹੁੰਚਾਉਣ ਦੀ, ਲੋਕ ਸਭਾ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਅਤੇ ਬਾਕੀ ਸਾਨੂੰ ਉਮੀਦ ਆ ਕਿ ਬਾਕੀ ਹਲਕੇ ਦੇ ਲੋਕਾਂ ਨੂੰ ਉਮੀਦ ਹੈ ਕਿ ਉਹਨਾਂ ਨੂੰ ਜਲਦੀ ਜਲਦੀ ਰਿਹਾਅ ਕੀਤਾ ਜਾਊਗਾ। ਧੰਨਵਾਦ। ਇਹ ਸਨ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ, ਜਿਨ੍ਹਾਂ ਵੱਲੋਂ ਕਿਸਾਨਾਂ ਵੱਲੋਂ ਮੰਗ ਪੱਤਰ ਲੈਣ ਤੋਂ ਬਾਅਦ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈਗਾ ਕਿ ਕਿਸਾਨਾਂ ਦੀਆਂ ਮੰਗਾਂ ਦੇ ਸੰਬੰਧੀ ਜਿਹੜਾ ਉਹਨਾਂ ਦਾ ਮੰਗ ਪੱਤਰ ਹੈਗਾ ਉਹ ਕੇਂਦਰ ਸਰਕਾਰ ਤੱਕ ਪੁੱਜਦਾ ਕੀਤਾ ਜਾਵੇਗਾ। ਅਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੇਕਰ ਫਿਲਹਾਲ ਜੇਲ੍ਹ ਦੇ ਵਿੱਚ ਬੰਨੇ ਤਾਂ ਉਹਨਾਂ ਦੀ ਪੈਰੋਲ ਨੂੰ ਲੈ ਕੇ, ਤਾਂ ਕਿ ਲੋਕਾਂ ਦੇ ਵਿੱਚ ਵਿਚਰ ਸਕਣ, ਲੋਕਾਂ ਦੇ ਕੰਮਾਂ ਕਾਜਾਂ ਨੂੰ ਲੈ ਕੇ ਉਹਨਾਂ ਨੂੰ ਮਿਲ ਸਕਣ, ਇਸ ਦੇ ਬਾਰੇ ਵੀ ਜਿਹੜਾ ਹੈਗਾ ਇਹ ਉਹਨਾਂ ਵੱਲੋਂ ਚਾਰਾਜੋਈ ਕੀਤੀ ਜਾਵੇਗੀ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ, ਜੱਲੂਪੁਰ, ਖੇੜਾ।